ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨੇ ਦੀ ਸੇਵਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ। ਬਾਅਦ ਵਿੱਚ ਇੰਗਲੈਂਡ ਦੀ ਸੰਗਤ ਵੱਲੋਂ ਦੁਬਾਰਾ ਸੋਨੇ ਦੀ ਸੇਵਾ ਕਰਵਾਈ ਗਈ। ਸੋਨਾ ਲਗਾਉਣ ਲਈ ਸਭ ਤੋਂ ਪਹਿਲਾਂ ਤਾਂਬੇ ਦੇ ਪੱਤਰਿਆਂ ਉੱਤੇ ਨਕਾਸ਼ੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਪੱਤਰਿਆਂ ਨੂੰ ਤੇਜ਼ਾਬ ਨਾਲ ਧੋਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਮਲੀ ਦੇ ਪਾਣੀ ਨਾਲ ਸਾਫ਼ ਕੀਤਾ ਜਾਂਦਾ ਹੈ। ਸਾਫ਼ ਕਰਨ ਤੋਂ ਬਾਅਦ ਪਾਰਾ ਲਗਾ ਕੇ ਸੋਨੇ ਦੀਆਂ ਕਈ ਪਰਤਾਂ ਲਗਾਈਆਂ ਜਾਂਦੀਆਂ ਹਨ। ਉਸ ਤੋਂ ਬਾਅਦ ਇਹਨਾਂ ਪੱਤਰਿਆਂ ਨੂੰ ਗਰਮ ਕੀਤਾ ਜਾਂਦਾ ਹੈ। ਫਿਰ ਹੋਰ ਪਰਤਾਂ ਲਗਾਉਣ ਤੋਂ ਬਾਅਦ ਔਜ਼ਾਰਾਂ ਨਾਲ ਪੱਤਰਿਆਂ ਨੂੰ ਰਗੜਿਆ ਜਾਂਦਾ ਹੈ, ਜਿਸ ਨਾਲ ਸੋਨੇ ਦੀ ਚਮਕਾਉਣੀ ਸ਼ੁਰੂ ਹੋ ਜਾਂਦੀ ਹੈ।
Thank you.
ਇਹ ਹਰਿਕੁਰ ਦੀ ਸੇਵਾ ਹੋ ਰਹੀ ਹੈ ਜੀ। ਇਹ ਪਹਿਲਾਂ ਤਾਂਬੇ ਦੇ ਪੱਤਰੇ ਲੈ ਜਾਂਦੇ ਨੇ, ਉਹਦੇ 'ਤੇ ਨਕਾਸ਼ੀ ਹੁੰਦੀ ਹੈ, ਨਕਾਸ਼ੀ ਹੋਣ ਤੋਂ ਬਾਅਦ ਇਹਨੂੰ ਫਿਰ ਅਤੇ ਇਮਲੀ ਦੇ ਪਾਣੀ ਨਾਲ ਤੇਜ਼ਾਬ ਨਾਲ ਧੋਤਾ ਜਾਂਦਾ, ਧੋਤੇ ਨੂੰ ਸਾਫ਼ ਕਰਕੇ ਫਿਰ ਇਹਦੇ 'ਤੇ ਪਾਰਾ ਲਾਇਆ ਜਾਂਦਾ, ਪਾਰਾ ਲਾ ਕੇ ਫਿਰ ਇੱਕ ਸੋਨੇ ਦੇ ਵਰਤ ਤੜਦੇ ਨੇ। ਉਸ ਤੋਂ ਬਾਅਦ ਫਿਰ ਇਹਨੂੰ ਪੀੜ ਦਿੱਤੀ ਜਾਂਦੀ ਹੈ, ਪੀੜ ਤੋਂ ਬਾਅਦ ਫਿਰ ਇਹਦੇ ਲਈ ਫਿਨਿਸ਼ ਲਈ ਦੁਬਾਰਾ ਫਿਰ ਇੱਕ ਤੜਦੇ ਅਤੇ ਫਿਰ ਉਹਦੀ ਸਫਾਈ ਹੁੰਦੀ ਹੈ। ਫਿਰ ਇੰਨਾ ਸਾਰਾ ਪ੍ਰੋਸੈਸ ਹੁੰਦਾ।